ਫਲੂਸ ਦਾ ਸਾਨੂੰ ਪਾਕਿਸਤਾਨੀ ਸਾਨੂੰ ਦੱਸ ਛੱਡਦੇ ਹੁੰਦੇ ਨੇ ਬੰਦੇ ਜਾਂ ਰੂਮ ਦੇ ਵਿੱਚ ਬੰਦੇ ਦੱਸ ਛੱਡਦੇ ਨੇ ਕਿ ਪੈਸਿਆਂ ਨੂੰ ਫਲੂਸ ਆਖੀਦਾ ਰਿਆਲਾਂ ਨੂੰ ਫਲੂਸ ਆਖੀਦਾ ਪਤਾ ਨਾ ਵੀ ਹੋਵੇ ਤਾਂ ਸਾਨੂੰ ਮੁਸ਼ਕਲ ਨਹੀਂ ਹੈ ਕਿਉਂਕਿ ਬੰਦੇ ਬੜੇ ਚੰਗੇ ਹੁੰਦੇ ਨੇ ਅਰਬੀ ਕੋਈ ਵੀ ਬੰਦਾ ਹੈ ਨਾ ਕਿਸੇ ਮੁਲਕ ਨਾਲ ਵੀ ਤਾਲਕ ਰੱਖਣ ਵਾਲਾ ਹੈ ਔਰ ਵੀ ਬਹੁਤ ਲੋਕ ਚੰਗੇ ਨੇ ਅਖਲਾਕ ਇਹਨਾਂ ਦਾ ਬਹੁਤ ਅੱਛਾ ਹੈ ਖਾਣ ਪੀਣ ਜਿਸ ਬੰਦੇ ਨਾਲ ਜਾਓਗੇ ਖਾਣ ਪੀਣ ਤੁਹਾਨੂੰ ਅੱਛਾ ਦੇਗਾ ਇੱਕ ਤੁਹਾਡਾ ਬੋਲੇਗਾ ਤਮੀਜ਼ ਨਾਲ ਇੱਕ ਤੁਹਾਨੂੰ ਅਰਬੀ ਨਹੀਂ ਆਉਂਦੀ ਤੁਹਾਡਾ ਮਜ਼ਾਕ ਨਹੀਂ ਕੋਈ ਉਡਾਏਗਾ ਨਹੀਂ ਨਹੀਂ ਬਿਲਕੁਲ ਤੁਹਾਡਾ ਕੋਈ ਮਜ਼ਾਕ ਨਹੀਂ ਉਡਾਏਗਾ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮੁ ਅਲੈਕੁਮ ਅੱਜ ਦੀ ਵੀਡੀਓ ਸਿਰਫ ਪੰਜਾਬੀ ਦੇ ਵਿੱਚ ਸਾਡੇ ਕੋਲ ਜ਼ਬਾਨ ਹੋਣ ਦੇ ਬਾਵਜੂਦ ਅਸੀਂ ਗੂੰਗੇ ਹੁੰਦੇ ਹਾਂ ਕਿਉਂ ਕਿਸ ਟਾਈਮ ਗੂੰਗੇ ਹੁੰਦੇ ਹਾਂ ਜਦੋਂ ਇਹ ਸਭ ਦੇ ਰਿਪ ਚੰਨੇ ਹਾਂ ਸਾਨੂੰ ਕਿਸੇ ਇਲਮ ਚੀਜ਼ ਦਾ ਪਤਾ ਹੀ ਨਹੀਂ ਹੁੰਦਾ ਅਲਫ ਕੋਕੋ ਦਾ ਨਹੀਂ ਪਤਾ ਹੁੰਦਾ ਅੱਜ ਤੁਸੀਂ ਬੜੇ ਹੁਸ਼ਿਆਰ ਬਣੇ ਹਾਂ ਨਾ ਕਿ ਸਾਨੂੰ ਅਰਬੀ ਆਉਂਦੀ ਹੈ ਸਾਨੂੰ ਕੋਈ ਮੁਸ਼ਕਲ ਨਹੀਂ ਇਹ ਜਿਹੜੇ ਮਰਜ਼ੀ ਕੰਮ 'ਤੇ ਜਾਈਏ ਕਿ ਅਸੀਂ ਅਰਬੀ ਬੋਲ ਸਕਦੇ ਹਾਂ ਅਸੀਂ ਅਰਬੀ ਦਾ ਜਵਾਬ ਦੇ ਸਕਦੇ ਹਾਂ ਮਤਲਬ ਹਾਲ ਚਾਲ ਪੁੱਛਣਾ ਦੱਸ ਸਕਦੇ ਹਾਂ ਸਲਾਮ ਅਲੈਕਮ ਤਾਂ ਜਵਾਬ ਸਾਨੂੰ ਪਾਕਿਸਤਾਨੀ ਆਉਂਦਾ ਸਲਾਮ ਅਲੈਕਮ ਵਾਲੇਕਮ ਸਲਾਮ ਕਿਫ ਹਾਲਕ ਸਾਨੂੰ ਇੰਨਾ ਨਹੀਂ ਸੀ ਪਤਾ ਹੈ ਕਿ ਪਾਕਿਸਤਾਨ ਕੀ ਆਉਂਦੇ ਨੇ ਇੱਥੇ ਸਬਜ਼ੀ ਰਿਪ 'ਚ ਕਿਫ ਹਾਲਕ ਨੂੰ ਕੀ ਆਉਂਦੇ ਨੇ ਸਾਨੂੰ ਇੰਨਾ ਹੀ ਨਹੀਂ ਪਤਾ ਹੈ ਅਤੇ ਜਦੋਂ ਮਤਲਬ ਅੱਜ ਤੋਂ 12 ਸਾਲ ਪਹਿਲ ਸੰਨ 2012 ਦੇ ਵਿੱਚ ਮੈਂ ਆਇਆ ਨਾ ਜਦੋਂ ਅਤੇ ਮੇਰੇ ਕੋਲ ਜ਼ਬਾਨ ਹੋਣ ਦੇ ਬਾਵਜੂਦ ਅਸੀਂ ਗੂੰਗੇ ਸਾਨੂੰ ਇਲਮ ਹੀ ਨਹੀਂ ਹੈ ਅਤੇ ਯਕੀਨ ਕਰੋ ਅਸਾਂ ਤੱਤਾ ਪਾਣੀ ਪੀਤਾ ਤੱਤਾ ਪਾਣੀ ਯਾਨੀ ਗਰਮ ਪਾਣੀ ਪੀਤਾ ਇੱਕ ਸਹਰਾ ਦੇ ਵਿੱਚ ਕੰਮ 'ਤੇ ਗਏ ਹਾਂ ਮੈਂ ਅਤੇ ਮੇਰਾ ਮਸੇਰ ਅਸੀਂ ਇਕੱਠੇ ਗਏ ਹਾਂ ਕੰਮ 'ਤੇ ਅਤੇ ਉਦੋਂ ਬਿਲਕੁਲ ਮੈਨੂੰ ਕੋਈ ਅਰਬੀ ਨਹੀਂ ਆਉਂਦੀ ਨਾ ਮੇਰੇ ਨਾਲ ਮਸੇਰ ਨਾ ਆਉਂਦੀ ਉਹ ਵੀ ਨਵਾਂ ਅਤੇ ਮੈਂ ਵੀ ਨਵਾਂ ਜਦੋਂ ਅਸੀਂ ਪਹਿਲੇ ਦਿਨ ਕੰਮ 'ਤੇ ਗਏ ਹਾਂ ਨਾ ਇੱਕ ਬੰਦੇ ਦੇ ਨਾਲ ਇੱਕ ਸੀਰੀਆ ਦਾ ਬੰਦਾ ਸੀ ਉਹਦੇ ਨਾਲ ਕੰਮ 'ਤੇ ਅਸੀਂ ਗਏ ਅਤੇ ਅਸਾਂ ਠੀਕ ਹੈ ਜੀ ਤੁਰ ਜਾਂਦੇ ਹਾਂ ਸਾਨੂੰ ਇੰਨਾ ਪਤਾ ਹੈ ਕਿ ਫਲੂਸ ਹੈ ਇਹ ਫਲੂਸ ਦਾ ਸਾਨੂੰ ਪਾਕਿਸਤਾਨੀ ਸਾਨੂੰ ਦੱਸ ਛੱਡਦੇ ਹੁੰਦੇ ਨੇ ਬੰਦੇ ਜਾਂ ਰੂਮ ਦੇ ਵਿੱਚ ਬੰਦੇ ਦੱਸ ਛੱਡਦੇ ਨੇ ਕਿ ਪੈਸਿਆਂ ਨੂੰ ਫਲੂਸ ਆਖੀਦਾ ਰਿਆਲਾਂ ਨੂੰ ਫਲੂਸ ਆਖੀਦਾ ਅਤੇ ਮਲੂਮ ਬਸ ਆਹ ਮਾਲੂਮ ਬਸ ਇਹ ਚੀਜ਼ਾਂ ਦੋ ਚੀਜ਼ਾਂ ਦਾ ਸਾਨੂੰ ਪਤਾ ਹੁੰਦਾ ਕਿ ਇੱਕ ਆਹ ਮਾਲੂਮ ਅਤੇ ਇੱਕ ਫਲੂਸ ਇਹ ਚੀਜ਼ਾਂ ਸਾਨੂੰ ਪਤਾ ਹੁੰਦਾ ਕੰਮ ਤਾਂ ਸਾਨੂੰ ਪਤਾ ਨਾ ਵੀ ਹੋਵੇ ਤਾਂ ਸਾਨੂੰ ਮੁਸ਼ਕਲ ਨਹੀਂ ਹੈ ਕਿਉਂਕਿ ਬੰਦੇ ਬੜੇ ਚੰਗੇ ਹੁੰਦੇ ਨੇ ਅਰਬੀ ਕੋਈ ਵੀ ਬੰਦਾ ਹੈ ਨਾ ਕਿਸੇ ਮੁਲਕ ਨਾਲ ਵੀ ਤਾਲਕ ਰੱਖਣ ਵਾਲਾ ਹੈ ਔਰ ਵੀ ਬਹੁਤ ਲੋਕ ਚੰਗੇ ਨੇ ਅਖਲਾਕ ਇਹਨਾਂ ਦਾ ਬਹੁਤ ਅੱਛਾ ਹੈ ਖਾਣ ਪੀਣ ਜਿਸ ਬੰਦੇ ਨਾਲ ਜਾਓਗੇ ਖਾਣ ਪੀਣ ਤੁਹਾਨੂੰ ਅੱਛਾ ਦੇਗਾ ਇੱਕ ਤੁਹਾਡੇ ਨਾਲ ਬੋਲੇਗਾ ਤਮੀਜ਼ ਨਾਲ ਇੱਕ ਤੁਹਾਨੂੰ ਅਰਬੀ ਨਹੀਂ ਆਉਂਦੀ ਤੁਹਾਡਾ ਮਜ਼ਾਕ ਨਹੀਂ ਕੋਈ ਉਡਾਏਗਾ ਨਹੀਂ ਨਹੀਂ ਬਿਲਕੁਲ ਤੁਹਾਡਾ ਕੋਈ ਮਜ਼ਾਕ ਨਹੀਂ ਉਡਾਏਗਾ ਤੁਹਾਡੀ ਗੱਲ ਨੂੰ ਸੀਰੀਅਸ ਰੱਖਿਆ ਜਾਏਗਾ ਕਿ ਤੁਹਾਨੂੰ ਨਹੀਂ ਪਤਾ ਹੈ ਲੇਕਿਨ ਤੁਹਾਨੂੰ ਇਸ਼ਾਰਿਆਂ ਨਾਲ ਵੀ ਦੱਸਿਆ ਜਾਏਗਾ ਲੇਕਿਨ ਸਾਡੇ ਨਾਲ ਕੀ ਹੋਇਆ ਅਸੀਂ ਸਹਰਾ ਦੇ ਵਿੱਚੋਂ ਕੰਮ 'ਤੇ ਗਏ ਹਾਂ ਮਤਲਬ ਦਮਾਮ ਸ਼ਹਿਰ ਦੇ ਵਿੱਚੋਂ 100 ਕਿਲੋਮੀਟਰ ਤਕਰੀਬਨ ਦੂਰ ਗਏ ਹਾਂ 100 ਤੋਂ ਜ਼ਿਆਦਾ ਹੋ ਸਕਦਾ ਅਸੀਂ ਇੱਕ ਮਦਰੇ ਦੇ ਵਿੱਚ ਯਾਨੀ ਕਿ ਡੇਰੇ 'ਤੇ ਕੰਮ 'ਤੇ ਗਏ ਹਾਂ ਉੱਥੇ ਕੰਮ ਕਰਨਾ ਸੀ ਰੇਤ ਸਵਾਰੀ ਕਰਨੀ ਸੀ ਅਸਾਂ ਜਾ ਕੇ ਕਮਰਿਆਂ ਦੇ ਵਿੱਚ ਨਵਾਂ ਕੋਈ ਮਤਲਬ ਕੋਈ ਡੇਰਾ ਟਾਇਆ ਬਣ ਡਿਆ ਸੀ ਮਦਰੇ ਦੇ ਵਿੱਚ ਅਸੀਂ ਉੱਥੇ ਗਏ ਹਾਂ ਜਿਸ ਟਾਈਮ ਕੰਮ 'ਤੇ ਸਵੇਰ ਤੋਂ ਲੈ ਕੇ ਸਾਨੂੰ ਉਹਨੇ ਦੱਸ ਛੱਡਿਆ ਕਿ ਇਹ ਪਾਣੀ ਪਿਆ ਇਹ ਤੁਹਾਡਾ ਨਾਸ਼ਤਾ ਹੈ 12 ਵਜੇ ਦੀ ਰੋਟੀ ਤੁਹਾਡੀ ਆ ਜਾਏਗੀ 12 ਵਜੇ ਦੀ ਰੋਟੀ ਵੀ ਦੇ ਕੇ ਤੁਰ ਗਿਆ ਲੇਕਿਨ ਜਿਹੜਾ ਪਾਣੀ ਪਿਆ ਸੀ ਨਾ ਉਹ 12 ਵਜੇ ਤੋਂ ਬਾਅਦ ਤੱਤਾ ਹੋਣਾ ਸ਼ੁਰੂ ਹੋ ਗਿਆ ਉੱਥੇ ਮਤਲਬ ਜੇ ਠਾੜ ਦਿਨ ਜਿਵੇਂ ਗਰਮੀਆਂ ਜਿਵੇਂ ਅਤੇ ਇੱਥੇ ਰਤੂਬਾ ਪੈਂਦਾ ਗਰਮੀ ਸਮੁੰਦਰ ਦੀ ਬਾਪ ਉੱਠਦੀ ਇਸ ਤਰੀਕੇ ਕਿ ਸਾਡੀ ਹਾਲਤ ਬਹੁਤ ਸਮਝੋ ਇੰਨੀ ਗਰਮੀ ਅਤੇ ਸ਼ਦੀਦ ਛਾਵੇਂ ਬੈਠਿਆਂ ਵੀ ਸਾਨੂੰ ਸਕੂਨ ਨਹੀਂ ਸੀ ਆਇਆ ਕਿ ਸਾਡਾ ਸਾਹ ਨਹੀਂ ਰਲਦਾ ਇੰਨੀ ਕੋਈ ਗਰਮੀ ਹੁੰਦੀ ਜਿਹੜੇ ਸਾਊਦੀ ਅਰਬ ਦੇ ਅੰਦਰ ਰਹਿੰਦੇ ਨੇ ਗਰਮ ਇਲਾਕਿਆਂ ਦੇ ਵਿੱਚ ਉਹਨਾਂ ਨੂੰ ਪਤਾ ਹੋਣਾ ਕਿ ਸਾਊਦੀ ਅਰਬ ਦਮਾਮ ਸ਼ਹਿਰ ਦੇ ਵਿੱਚ ਰਤੂਬਾ ਪੈਂਦਾ ਦਮਾਮ ਜਬੇਲ ਹਾਸੇ ਇਹਨਾਂ ਸ਼ਹਿਰਾਂ ਇਲਾਕਿਆਂ ਦੇ ਵਿੱਚ ਰਤੂਬਾ ਪੈਂਦਾ ਗਰਮੀ ਪੈਂਦੀ ਸਮੁੰਦਰ 'ਚ ਬਾਪ ਉੱਠ ਕੇ ਜਿਹੜੇ ਅੱਜ ਕੱਲ੍ਹ ਦੇ ਦਿਨ ਉਹ ਵੀ ਦਿਨ ਫਿਰ ਆ ਗਏ ਨੇ ਅਤੇ ਭਾਈ ਜੀ ਉਹ ਸਾਮ ਉੱਥੇ ਕੰਮ 'ਤੇ ਲੱਗੇ ਹਾਂ 12 ਵਜੇ ਤੋਂ ਬਾਅਦ ਇੰਨਾ ਕੋ ਪਾਣੀ ਗਰਮ ਸਾਨੂੰ ਉਹ ਪੀਣ ਤਾਂ ਮਜਬੂਰ ਹੋ ਗਏ ਉਹਨੂੰ ਆਖੀਏ ਪਾਣੀ ਉਹਨੂੰ ਕੋਈ ਨਾ ਪਤਾ ਲੱਗੇ ਸਾਨੂੰ ਕੀ ਪਤਾ ਹੈ ਜਾਂ ਉਹਨੂੰ ਕੀ ਪਤਾ ਹੈ ਕਿ ਪਾਣੀ ਕਿਹਨੂੰ ਆਉਂਦੇ ਨੇ ਉਹਨੂੰ ਪਤਾ ਹੀ ਨਹੀਂ ਇਸ ਚੀਜ਼ ਦਾ ਕਿ ਪਾਣੀ ਕਿਹਨੂੰ ਆਖੀਦਾ ਉਸ ਤੋਂ ਬਾਅਦ ਜੀ ਉਹ 4 ਵਜੇ ਸਾਨੂੰ ਲੈਣਾ ਅਸਾਂ ਤੱਤਾ ਪਾਣੀ ਪੀਂਦੇ ਨੇ ਸਾਰੀ ਜਿਹੜੀ ਨਾ ਸਾਨੂੰ ਕੋਈ ਜ਼ਬਾਨ ਆਵੇ ਤਾਂ ਨਾ ਉਹ ਸਾਨੂੰ ਅਸੀਂ ਦੱਸ ਸਕੀਏ ਜਿੱਥੇ ਪਾਣੀ ਦੀਆਂ ਬੋਤਲਾਂ ਪਈਆਂ ਨੇ ਉੱਥੇ ਲੈ ਗਏ ਪਾਣੀ ਰੋੜੇ ਆਪਣੇ ਹੱਥ ਦੇ ਉੱਤੇ ਅਤੇ ਉਹਨੂੰ ਆਖੀਏ ਗਰਮ ਯਾਨੀ ਕਿ ਗਰਮ ਹੀ ਆਖੀਏ ਗਰਮ ਪਾਣੀ ਇਸ ਤਰ੍ਹਾਂ ਬੜੇ ਤਜਰਬੇ ਨਾਲ ਦੱਸੀਏ ਬੜੇ ਤਰੀਕੇ ਕਾਰਨ ਦੱਸੀਏ ਉਹਨੂੰ ਕੋਈ ਸਮਝ ਨਹੀਂ ਲੱਗੇ ਫਿਰ ਉਹਨੇ ਆਖਿਆ ਗੱਡੀ 'ਚ ਬਵੋ ਯਾਨੀ ਕਿ ਗੱਡੀ 'ਚ ਸਾਨੂੰ ਚਲੋ ਇੰਨਾ ਕੁ ਇਸ਼ਾਰਾ ਤਾਂ ਕੋਈ ਸਮਝ ਲੱਗ ਜਾਂਦੀ ਸੀ ਨਾ ਉਹ ਵੀ ਗੱਡੀ ਵਾਲਾ ਹੋਇਆ ਤਾਂ ਅਸੀਂ ਗੱਡੀ ਵਾਲ ਨਾ ਹੋ ਗਏ ਅਸੀਂ ਗੱਡੀ 'ਚ ਬੈਠੇ ਹਾਂ ਉਹ ਆਖੀਏ ਕੀ ਗੱਲਾਂ ਕਰਦੇ ਹੋ ਅਤੇ ਮੈਂ ਹੀ ਵੀ ਆਖੀਏ ਪਾਣੀ ਗਰਮ ਯਾਨੀ ਕਿ ਐਡੀ ਲੰਮੀ ਜ਼ਬਾਨ ਯਾਨੀ ਕਿ ਤੜ ਅੱਜ ਅਸੀਂ ਕਰਨੇ ਹਾਂ ਯਾਨੀ ਕਿ ਅਰਬੀ ਸਾਨੂੰ ਐਡੀ ਚਲੋ ਅਲਹਮਦੁਲਿਲਾ ਆਉਂਦੀ ਹੈ ਕੰਮ ਸ਼ਾਮ ਦੇ ਬਾਰੇ 'ਚ ਅਤੇ ਉਦੋਂ ਸਾਨੂੰ ਇਸ ਚੀਜ਼ ਦਾ ਆਰਮ ਨਹੀਂ ਕਿ ਆਪਣਾ ਠੰਡਾ ਪਾਣੀ ਮੰਗ ਸਕੀਏ ਅਸੀਂ ਮੰਗਦੇ ਸੀ ਠੰਡਾ ਪਾਣੀ ਲੇਕਿਨ ਸਾਨੂੰ ਠੰਡੇ ਪਾਣੀ ਦਾ ਉਹਨੂੰ ਪਤਾ ਨਹੀਂ ਸੀ ਲੱਗਦਾ ਕਿ ਆਂਦੇ ਕੀ ਨੇ ਪਏ ਉਹਨੇ ਉਹ ਅੱਗ ਠੀਕ ਸਾਨੂੰ ਵੀ ਨਹੀਂ ਪਤਾ ਕਿ ਉਹ ਕੀ ਗੱਲ ਕਰਦੇ ਸਾਡੇ ਨਾਲ ਉਸ ਤੋਂ ਬਾਅਦ ਜਨਾਬ ਅਸੀਂ ਬੜਾ ਰਾਹ ਦੇ ਵਿੱਚ ਉਹਨਾਂ ਦੇ ਗਰਮ ਪਾਣੀ ਇਸ ਤਰ੍ਹਾਂ ਕਰਕੇ ਮੈਂ ਵੀ ਆਖਾਂ ਮੇਰਾ ਮਸੇਰ ਵੀ ਆਖੇ ਬੜੇ ਅਸੀਂ ਦੋਵੇਂ ਨਾਲ ਬੜੇ ਬੜੇ ਤਰੀਕਿਆਂ ਨਾਲ ਦੱਸੀਏ ਲੇਕਿਨ ਉਹਨੂੰ ਸਮਝ ਨਾ ਲੱਗੇ ਕੋਈ ਫਿਰ ਅਖੀਰ ਪੈਟਰੋਲ ਪੰਪ 'ਤੇ ਤੇਲ ਪਾਉਣਾ ਸੀ ਪੈਟਰੋਲ ਪੰਪ 'ਤੇ ਉਹ ਫੜਾ ਹੜਨਾ ਉੱਥੇ ਤੇਲ ਪਾਉਣ ਲੱਗੇ ਤਾਂ ਹਾਂ ਬੰਗਾਲੀ ਨੇ ਆਵਾਜ਼ ਮਾਰੀ ਹਾਂ ਇੱਧਰ ਆਈ ਗੱਲ ਸੁਣੀ ਉਹਨੂੰ ਦੱਸਿਆ ਉਹਨਾਂ ਆਖਿਆ ਕਿ ਅਸਾਂ ਅੱਜ ਸਾਰੀ ਦਿਹਾੜੀ ਗਰਮ ਪਾਣੀ ਪੀਤਾ ਸਾਡੇ ਕੋਲ ਪਾਣੀ ਠੰਡਾ ਕੋਈ ਨਹੀਂ ਹੈ ਅਤੇ ਇਹਨੂੰ ਆਖੀ ਕਿ ਅਸਾਂ ਪਾਣੀ
ਕਿਹੜੀ ਜ਼ਬਾਨ ਬੋਲੀ ਜਾ ਰਹੀ ਸਾਨੂੰ ਕੀ ਇਲਮ। ਲੇਕਿਨ ਉਹਨੇ ਦੱਸਿਆ ਤਾਂ ਉਹ ਫੌਰੀ ਗੱਡੀ 'ਚ ਉਤਰਿਆ, ਉਹ ਤੇਲ ਪਾਉਣ ਲੱਗ ਪਿਆ, ਉਹ ਫੌਰੀ ਗੱਡੀ 'ਚ ਉਤਰਿਆ, ਜਾ ਕੇ ਦੁਕਾਨ ਜਨਰਲ ਸਟੋਰ 'ਚ ਗਿਆ, ਬਕਾਲੇ 'ਚ ਗਿਆ, ਜਾ ਉਹਨੇ ਮੱਥੇ ਦੇ ਉੱਤੋਂ ਸਾਡੇ ਵਾਸਤੇ ਬੋਤਲਾਂ ਲੈ ਕੇ ਆ, ਪਾਣੀ ਲੈ ਕੇ ਆਇਆ, ਉਹਨੇ ਕਿ ਪੀਵੋ। ਲੇਕਿਨ ਸਾਨੂੰ ਇਸ ਚੀਜ਼ ਦਾ ਇਲਮ ਹੀ ਨਹੀਂ ਸੀ ਹੈ, ਨਾ ਉਹਨੂੰ ਇਸ ਚੀਜ਼ ਦਾ ਇਲਮ ਕਿ ਅਸੀਂ ਆਉਂਦੇ ਕੀ ਹਾਂ ਜਾਂ ਉਹ ਕੀ ਆਉਂਦਾ। ਅਸੀਂ ਬੇਵਕੂਫ ਬਣੇ ਪੂਰੇ, ਅਸੀਂ ਪਏ ਕਰੀਏ ਗਰਮ ਗਰਮ। ਅੱਜ ਸਾਨੂੰ ਅਰਬੀ ਪਤਾ ਲੱਗ ਗਈ ਅਤੇ ਅੱਜ ਅਸੀਂ ਉਹ ਮੈਂ ਅਤੇ ਮੇਰਾ ਮਸੇਰ ਸਾਨੂੰ 2012 ਦੀ ਗੱਲ ਅਜੇ ਵੀ ਕਹੀ ਕਿਲੇ ਬੈਠੀ ਹੋਈ ਹੈ ਨਾ, ਅਤੇ ਅਸੀਂ ਗੱਲ ਕਰਦੇ ਹਾਂ ਪਾਣੀ ਗਰਮ, ਯਾਨੀ ਪਾਣੀ ਗਰਮ ਕਰਕੇ ਕਾਲ ਨਾ ਵੀ ਆਖੀਏ, ਬੜੇ ਲਮਕਾ ਕੇ ਵੀ ਆਖੀਏ, ਬੜੇ ਅੰਦਾਜ਼ ਪਿਆਰੇ ਪਿਆਰੇ ਦੱਸੀ। ਲੇਕਿਨ ਉਹਨੂੰ ਇਲਮ ਹੀ ਨਹੀਂ ਅੱਛੀ ਤਾਂ, ਕਿਉਂਕਿ ਉਹਦੀ ਜ਼ਬਾਨ ਅਰਬੀ ਹੈ। ਅਤੇ ਜਿਸ ਟਾਈਮ ਉਹਨੂੰ ਪਤਾ ਲੱਗਾ ਫਿਰ ਉਹ ਬੜਾ ਸੌਰੀ ਸੌਰੀ ਕਰਦਾ ਰਿਹਾ ਅੰਗਰੇਜ਼ੀ 'ਚ, ਚਲੋ ਸੌਰੀ ਦਾ ਪਤਾ ਤਾਂ ਲੱਗਦਾ ਹੀ ਰਿਹਾ ਨਾ, ਸੌਰੀ ਇਸ ਤਰ੍ਹਾਂ ਕਰਦਾ ਰਿਹਾ, ਅਰਬੀ 'ਚ ਵੀ ਕੁਛ ਕਰਦਾ ਰਿਹਾ, ਲੇਕਿਨ ਸਾਨੂੰ ਇਸ ਚੀਜ਼ ਦਾ ਇਲਮ ਨਹੀਂ ਸੀ ਹੁੰਦਾ ਕਿ ਕੀ ਆਉਂਦਾ। ਲੇਕਿਨ ਅੱਜ ਦੀ ਨਿਸਬਤ ਵੇਖਿਆ ਜਾਏ ਤਾਂ ਅਸੀਂ ਅੱਜ ਉਸ ਗੱਲ ਨੂੰ ਸ਼ਰਮਿੰਦੇ ਨੇ ਕਿ ਯਾਰ ਅਸੀਂ ਇੰਨੇ ਹੁਸ਼ਿਆਰ ਹਾਂ, ਅੱਜ ਅਸੀਂ ਇੰਨੇ ਤੇਜ਼ ਬਣਨੇ, ਇੰਨੇ ਹੁਸ਼ਿਆਰ ਬਣਨੇ ਹਾਂ, ਅੱਜ ਸਾਡੇ ਕੋਲ ਜ਼ਬਾਨ ਹੈ, ਉਦੋਂ ਵੀ ਸਾਡੇ ਕੋਲ ਜ਼ਬਾਨ ਸੀ, ਲੇਕਿਨ ਇਹਨਾਂ ਨਹੀਂ ਦੱਸ ਸਕੇ ਕਿ ਅਸੀਂ ਠੰਡਾ ਪਾਣੀ ਮੰਗਦੇ ਹਾਂ ਪਏ। ਅਤੇ ਪਾਣੀ ਉਸ ਦਿਨ ਨਾ ਸਾਨੂੰ ਇਲਮ, ਨਾ ਗਲਤ, ਨਾ ਬਾਅਦ ਪਾਣੀ ਮੰਗੀਦਾ ਕਿ ਜੀ ਕੀ ਆਖੀਦਾ ਕੀ ਨਹੀਂ, ਉਹ ਅੱਜ ਅਸੀਂ ਆਖੀ ਤਾਂ ਮੋਇਆ ਹਰ, ਯਾਨੀ ਗਰਮ ਪਾਣੀ। ਅੱਜ ਸਾਨੂੰ ਪਤਾ ਲੱਗਦਾ ਪਿਆ ਹਰ ਗੱਲ ਦਾ, ਯਾਨੀ ਕਿ ਭੁੱਖੇ ਹਾਂ ਤਦ ਵੀ ਦੱਸ ਸਕਦੇ ਹਾਂ, ਅਤੇ ਜੇ ਰਜੇ ਹਾਂ ਤਦ ਵੀ ਦੱਸ ਸਕਦੇ ਹਾਂ ਕਿਹੜੀ ਸ਼ਹਿਰ 'ਚ ਨਹੀਂ ਚਾਹੀਦੀ ਖਾਣ ਨੂੰ, ਸੁਬਾਹ ਦੇ ਟਾਈਮ 12 ਵਜੇ ਸ਼ਾਮ ਨੂੰ ਕਿਹੜੀ ਸ਼ਹਿਰ ਚਾਹੀਦੀ ਸਾਨੂੰ ਉੱਡਣ ਨੂੰ ਕੱਪੜੇ। ਅੱਜ ਸਾਨੂੰ ਅਲਹਮਦੁਲਿਲਾ ਚਲੋ ਹਰ ਚੀਜ਼ ਦਾ ਪਤਾ ਲੱਗਿਆ, ਲੇਕਿਨ ਉਦੋਂ ਸਾਨੂੰ ਇਹਨਾਂ ਚੀਜ਼ਾਂ ਦਾ ਇਲਮ ਤੱਕ ਨਹੀਂ ਸੀ ਆ। ਫਿਰ ਅਖੀਰੋਂ ਮਾਦਰਤ ਕਰਦਾ ਰਿਹਾ, ਫਿਰ ਦਮਾਮ ਹੁਣ ਤੱਕ 100 ਕਿਲੋਮੀਟਰ ਸਾਡੇ ਕੋਲ ਰਾਹ ਦੇ ਵਿੱਚ ਸੋਰੀ ਸੋਰੀ ਕਰਦਾ ਰਿਹਾ, ਦੋਵਾਂ ਬੰਦਿਆਂ ਦੇ ਕੋਲ, ਮੇਰੇ ਕੋਲ ਅਤੇ ਮੇਰੇ ਮਸੇਰ ਕੋਲ। ਫਿਰ ਉਸ ਤੋਂ ਬਾਅਦ ਚਲੋ ਆਖੇ ਚਲੋ ਠੀਕ, ਓਕੇ ਓਕੇ ਮਦੀਰ, ਓਕੇ ਓਕੇ ਓਕੇ। ਅਤੇ ਉਸ ਤੋਂ ਬਾਅਦ ਅਸੀਂ ਆਏ ਹਾਂ ਸ਼ਹਿਰ ਦੇ ਵਿੱਚ, ਸਾਨੂੰ ਉਹਨੇ 130 ਰਿਆਲ ਦਿਹਾੜੀ ਦਿੱਤੀ, ਜਿਹੜੀ ਉਹਨੇ ਸੁਬਾਹ ਮਤਲਬ ਕੀਤੀ ਸਾਡੇ ਨਾਲ ਗੱਲ ਕਿ ਬਾਈ ਮੈਂ ਤੁਹਾਨੂੰ 130 ਰਿਆਲ ਦਿਆਂਗਾ, ਉਹਨੇ ਦੇਤੀ ਫਲੂਸ। ਉਹਨੇ ਆਖਿਆ ਰੂਮ ਕਿੱਥੇ ਲੈਣਾ, ਫਿਰ ਸਾਨੂੰ ਰੂਮ ਦੇ ਨਹੀਂ ਪਤਾ ਹੁੰਦਾ, ਕਿਉਂਕਿ ਹੁਣ ਸਬਜ਼ੀ ਦੇ ਅੰਦਰ ਜਿੱਥੇ ਵੀ ਮਤਲਬ ਜਾਓਗੇ ਨਾ ਤੁਸੀਂ, ਕਿਸੇ ਮਹੱਲੇ 'ਚ ਵੜ ਜਾਓ, ਜਿਸ ਮਹੱਲੇ 'ਚ ਵੀ ਰਹਿੰਦੇ ਹੋ ਜਾਂ ਜਿਸ ਵੀ ਮਹੱਲੇ 'ਚ ਤੁਹਾਨੂੰ ਵੜਨਾ ਹੋਏ, ਸੜਕਾਂ ਵੇਖੋ ਤੁਹਾਨੂੰ ਇੱਕ ਤਰੀਕੇ ਦੀਆਂ ਲੱਗਣਗੀਆਂ, ਜੇ ਮਤਲਬ ਤੁਹਾਨੂੰ ਕਿਸੇ ਗਲੀ ਮਹੱਲੇ 'ਚ ਵੜਨਾ ਹੈ ਤਾਂ ਸਾਰੇ ਇੱਕ ਤਰੀਕੇ ਦੀਆਂ ਲੱਗਣਗੇ, ਰੋਡ ਸਾਰੇ ਇੱਕੋ ਤਰੀਕੇ ਦੇ ਲੱਗਣਗੇ, ਇੱਕੋ ਜਿਹੇ ਬਾਜ਼ਾਰ ਵੱਡੇ ਛੋਟੇ ਹਾਈ ਨਹੀਂ ਕੋਈ, ਇੱਕੋ ਬਰਾਬਰ ਬਾਜ਼ਾਰ ਲੱਗਣਗੇ। ਅਤੇ ਕੋਈ ਸਮਝ ਨਾ ਆਏ ਤਾਂ ਉਹ ਬਿਲਕੁਲ ਨਾ ਇੱਕ ਨਿਸ਼ਾਨੀਆਂ ਕਰਦਿਆਂ ਕੁਰਦਿਆਂ ਨਾ ਹੌਲੀ ਹੌਲੀ ਫੇਰ ਫੋਰਕਣਾ ਆਪਣੇ ਸਾਰੇ ਇਲਾਕੇ 'ਚ, ਅਤੇ ਅਖੀਰ ਫਿਰ ਅਸੀਂ ਇੱਕ ਜਗ੍ਹਾ 'ਤੇ ਲੈ ਕੇ ਆਏ ਕਿ ਇੱਥੇ ਸਾਡਾ ਰੂਮ ਹੈ, ਇੱਥੇ ਸਾਨੂੰ ਲਾ ਦੇ, ਹਾਲਾਂਕਿ ਸਾਨੂੰ ਉਹ ਵੀ ਨਹੀਂ ਪਤਾ ਕਿ ਲਾਇਆ ਕਿੱਥੇ ਵੀ। ਫਿਰ ਆ ਕੇ ਚੱਲ ਸਹੀ ਇੱਥੇ ਲਾ ਦੇ, ਅਸੀਂ ਤੁਰ ਕੇ ਤੁਰ ਜਾਵਾਂਗੇ। ਫਿਰ ਆਹਾਂ ਉੱਥੇ ਝੱਟ ਬੈਠੇ ਹਾਂ ਸਕੂਨ ਨਾਲ, ਫਿਰ ਆਹਾਂ ਵੇਖਿਆ ਕਿ ਸਾਡਾ ਰੂਮ ਕਿਹੜੇ ਪਾਸੇ ਕਿਹੜੇ ਪਾਸੇ ਨੂੰ ਅਸੀਂ ਜਾਣਾ ਹੈ, ਫਿਰ ਵੀ ਸਾਨੂੰ ਪਤਾ ਨਾ ਲੱਗੇ। ਫਿਰ ਅਸਾਂ ਅਖੀਰ ਫੋਨ ਕੀਤਾ ਰੂਮ 'ਚ, ਬੰਦਾ ਸਾਨੂੰ ਆ ਕੇ ਲੈ ਕੇ ਗਿਆ। ਅੱਜ ਫਿਰ ਵੀ ਗੱਲ ਕਰਾਂ, ਅੱਜ ਅਸੀਂ ਬੜੇ ਤੇਜ਼ ਚਤਰ ਬਣੇ ਹਾਂ, ਚਲਾਕ ਬਣੇ ਹਾਂ, ਕਿਉਂ ਅੱਜ ਸਾਨੂੰ ਪਤਾ ਲੱਗਦਾ ਕਿ ਅਸੀਂ ਬੋਲਦੇ ਨਹੀਂ ਅਰਬੀ। ਲੇਕਿਨ ਉਦੋਂ ਸਾਨੂੰ ਇਹ ਦੱਸਾਂ ਕਿ ਅੱਜ ਤਾਂ ਬੋਲੇ ਨਹੀਂ, ਤਾਂ ਲੇਕਿਨ ਉਦੋਂ ਸਾਨੂੰ ਇੰਨਾ ਨਹੀਂ ਪਤਾ ਕਿ ਅਸੀਂ ਠੰਡਾ ਪਾਣੀ ਨਹੀਂ ਆਪਣਾ ਮੰਗ ਸਕਦੇ, ਉਦੋਂ ਪਏ ਕਰ ਰਹੇ ਹਾਂ ਗਰਮ ਪਾਣੀ। ਅੱਲਾ ਦੀ ਕਸਮ ਸਹੀ ਸਿਰ ਰੱਜ ਕੇ ਬੇਵਕੂਫ ਆਪਣੇ ਆਪ ਨੂੰ ਸਮਝਦੇ ਹਾਂ ਪਏ। ਅੱਜ ਇਹੀ ਗੱਲ ਨੂੰ ਮਹਿਸੂਸ ਕਰਦੇ ਹਾਂ ਕਿ ਅਸੀਂ ਯਾਰ ਉਦੋਂ ਪਾਣੀ ਨਹੀਂ ਆਪਣਾ ਠੰਡਾ ਮੰਗ ਸਕੇ, ਅੱਜ ਅਸੀਂ ਬੜੇ ਤੇਜ਼ ਬਣਦੇ ਹਾਂ, ਕਦੇ ਕਦੇ ਇਹ ਆਪੇ 'ਚ ਮਸੀਰ 'ਤੇ ਮੇਰੇ ਗੱਲਾਂ ਕਰਦੇ ਹਾਂ ਨਾ। ਅਤੇ ਇਸ ਚੀਜ਼ ਦੇ ਬੜੇ ਐਸੇ ਵਾਕਏ ਨੇ ਕਿ ਸਾਡੇ ਕੋਲ ਜ਼ਬਾਨ ਹੋਣ ਦੇ ਬਾਵਜੂਦ ਅਸੀਂ ਗੂੰਗੇ ਹੁੰਦੇ ਹਾਂ, ਸਾਨੂੰ ਇਲਮ ਨਹੀਂ ਇਸ ਚੀਜ਼ ਦਾ ਹੁੰਦਾ। ਇਹ ਗੱਲਾਂ ਹੁੰਦੀਆਂ ਨੇ ਜੇ ਅਸੀਂ ਆਪਣੇ ਅਰਬੀ ਭਰਾਵਾਂ ਦੇ ਨਾਲ ਕੰਮ ਕਰੀਏ, ਕਿਸੇ ਮਸਰੀ ਦੇ ਨਾਲ ਕੰਮ ਕਰੀਏ, ਜਾਂ ਕਿਸੇ ਸੀਰੀ ਦੇ ਨਾਲ ਕੰਮ ਕਰੀਏ, ਜਾਂ ਕਿਸੇ ਸਾਊਦੀ ਨਾਲ ਕੰਮ ਕਰੀਏ, ਅਤੇ ਮਤਲਬ ਸਾਊਦੀ ਦੇ ਕੋਲ ਯਾਨੀ ਕੰਮ ਕਰੀਏ, ਤਾਂ ਫਿਰ ਸਾਨੂੰ ਇਹਨਾਂ ਚੀਜ਼ਾਂ ਦਾ ਇਲਮ ਹੁੰਦਾ, ਸਾਨੂੰ ਜ਼ਬਾਨ ਸਮਝਣ ਸੋਚਣ ਦਾ ਪਤਾ ਲੱਗਦਾ। ਜੇ ਅਸੀਂ ਆਖੀਏ ਨਾ ਮਤਲਬ ਕਿ ਅਸਾਂ ਪਾਕਿਸਤਾਨੀ ਦੇ ਨਾਲ ਕੰਮ ਕਰਨਾ, ਅਤੇ ਜੇ ਕਿਲੇ ਸਾਨੂੰ ਕਫੀਲ ਦੇ ਨਾਲ ਕਿਲੇ ਗੱਲ ਕਰਨੀ ਪੈ ਜਾਏ, ਜਾਂ ਹਕਾਮਾ ਲਵਾਉਣਾ ਹੋਏ, ਜਾਂ ਕਿਲੇ ਵੀ ਜਾਓ ਅੱਗੇ ਪਿੱਛੇ, ਅਤੇ ਅਸੀਂ ਕੀ ਗੱਲ ਕਰ ਸਕਾਂ, ਸਾਨੂੰ ਇਲਮ ਹੀ ਨਹੀਂ ਕੋਈ ਹੈ। ਅਸਾਂ ਜਿੱਦਣ ਕਫੀਲਾਂ ਨਾਲ ਗੱਲਬਾਤ ਕਰਨੀ ਹੋਏ ਨਾ, ਮਿਸਾਲ ਨਵੇਂ ਨਵੇਂ ਆ, ਫਿਰ ਨਵੇਂ ਇੱਕ ਬੰਦਾ ਨਾਲ ਪੁਰਾਣਾ ਨਾਲ ਲੈ ਕੇ ਦਾ ਮੁਤਰਜਮ ਹੁੰਦਾ, ਯਾਨੀ ਕਿ ਮੁਤਰਜਮ ਯਾਨੀ ਕਫੀਲ ਨੇ ਜੋ ਆਖਣਾ, ਮਤਲਬ ਉਹ ਕਿੰਨੇ ਪੈਸੇ ਮੈਂ ਮੰਗਦਾ ਤੁਹਾਡੇ ਕਾਮੇ ਵਾਸਤੇ, ਜਾਂ ਕਫੀਲ ਨਾਲ ਗੱਲ ਕਰਨੀ ਹੈ, ਜਾਂ ਕਫੀਲ ਜੋ ਵੀ ਕਹਿੰਦਾ ਤੁਸੀਂ ਛੁੱਟੀ ਲਵਾਉਣੀ ਹੈ ਤਦ ਤੁਸੀਂ ਜਾਣਾ, ਅਤੇ ਜੇ ਤੁਸੀਂ ਮਤਲਬ ਜੋ ਵੀ ਗੱਲਬਾਤ ਤੁਸੀਂ ਆਪਣੇ ਕਫੀਲ ਦੇ ਨਾਲ ਕਰਨੀ, ਉਹ ਅਸੀਂ ਕਿਸ ਤਰ੍ਹਾਂ ਜਾਣਾ ਹੁੰਦਾ, ਖੁਦ ਨਾਲ ਇੱਕ ਬੰਦਾ ਨਾਲ ਲਾਜ਼ਮੀ ਲੈ ਕੇ ਜਾਣਾ, ਕਿਉਂਕਿ ਸਾਨੂੰ ਅਰਬੀ 'ਚ ਨਹੀਂ ਆਉਂਦੀ, ਅਸੀਂ ਸਮਝਦੀ ਨਹੀਂ ਹੈ ਇਸ ਵਾਸਤੇ। ਅਤੇ ਅੱਜ ਦੀ ਵੀਡੀਓ ਅਸੀਂ ਇੱਥੇ ਖਤਮ ਕਰਾਂਗੇ, ਉਮੀਦ ਕਰ ਲਾ ਮੇਰੇ ਜਿਹੜੇ ਆਉਣ ਵਾਲੇ ਭਰਾ ਨੇ ਉਹ ਇਸ ਚੀਜ਼ ਤੋਂ ਜ਼ਰੂਰ ਸਬਕ ਹਾਸਲ ਕਰਨਗੇ ਕਿ ਸਾਨੂੰ ਇੰਨਾ ਨਹੀਂ ਸੀ ਪਤਾ ਲੱਗਦਾ ਕਿ ਅਸੀਂ ਪਏ ਕਰਨੇ ਨੇ ਹਾਂ ਪਾਣੀ ਗਰਮ ਪਾਣੀ ਗਰਮ। ਠੀਕ ਹੈ, ਅੱਜ ਦੀ ਵੀਡੀਓ 'ਚ ਇਨਸ਼ਾਅੱਲਾ ਕਾਫੀ ਹੈ, ਅਤੇ ਤੁਹਾਨੂੰ ਵੀ ਆਈ ਹੋਪ ਮਜ਼ਾ ਆਏਗਾ ਵੀਡੀਓ ਦੇ ਵਿੱਚ। ਅਤੇ ਅਸੀਂ ਅੱਜ ਵੇਖ ਲਓ ਅੱਜ ਮੋਇਆ ਹਰ ਚੀਜ਼ ਮਤਲਬ ਕਿ ਅਸੀਂ ਕਰ ਸਕਦੇ, ਯਾਨੀ ਕੱਪੜੇ ਜੁੱਤੀ ਪਹਿਨਣ ਤੱਕ ਹਰ ਚੀਜ਼ ਅਸੀਂ ਇਸਤੇਮਾਲ ਅਰਬੀ 'ਚ ਬੋਲ ਸਕਦੇ। ਮਿਲਾਂਗੇ ਇਨਸ਼ਾਅੱਲਾ ਅਗਲੀ ਵੀਡੀਓ 'ਚ, ਅੱਛੀ ਲੱਗੀ ਵੀਡੀਓ 'ਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਅੱਲਾ ਹਾਫਿਜ਼।